ਇਹ ਕਹਿੰਦੇ ਨੇ ਜਿਹੜਾ ਹਜੂਰ ਸਾਹਿਬ ਜਿਹੜਾ ਝਟਕਾ ਹੁੰਦਾ, ਕੀ ਉਹਨੂੰ ਆਪਾਂ ਧਰਮ ਦੇ ਕੰਮ ਵਿੱਚ ਗਿਣਿਆ ਜਾ ਸਕਦਾ? ਜਿਵੇਂ ਗੁਰਬਾਣੀ ਦੀ ਪੰਕਤੀ ਆਉਂਦੀ, ਜੀ ਜੀ ਕੇ ਬੱਦੋ ਸੋ ਧਰਮ ਕਰ ਥਾਪੋ, ਕੀ ਹਜੂਰ ਸਾਹਿਬ ਦਾ ਜਿਹੜਾ ਝਟਕਾ ਹੈ ਉਹ ਮੈਥਡ ਠੀਕ ਹੈ, ਜਾਇਦ ਧਰਮ ਦੇ ਕਰਮ ਵਿੱਚ ਹੋਊਗਾ ਉਹ? ਹੈਗਾ ਕਿਵੇਂ ਉਹਦੇ ਅੰਦਰ ਤਾਂ ਮਤਲਬ ਬਿਸਮਿਲ ਕੀਤਾ ਜਾਂਦਾ ਮਾਟੀ ਤੋਂ, ਮਤਲਬ ਜੀ ਕਾ ਬੱਦੋ ਦਾ ਜਿਹੜਾ ਅਰਥ ਹੈ ਉਹਦੇ ਅਗੇਂਸਟ ਨਹੀਂ ਜਾਂਦਾ ਉਹ ਚੀਜ਼? ਜਾਂਦਾ ਅਗੇਂਸਟ ਵੀ ਜੀ ਵੱਧਦੇ ਆ ਤਾਂ ਉਹਨੂੰ ਧਰਮ ਕਰਕੇ ਥੱਪਦੇ ਆ? ਆਪੇ ਤਾਂ ਹੋਰੀ ਦੇ ਧਰਮ ਹਾਂਜੀ ਉਹਦਾ ਗਣਾ ਜੀ ਕਿਹੜੀ ਗੱਲ ਤੇ ਹੈ? ਆਪਸ ਕੋ ਮੁਨੀਵਰ ਉਹ ਅੰਦਰ ਕਾਕੋ ਕਹੋ ਕਸਾਈ, ਜਿਵੇਂ ਪੰਕਤੀ ਹੈ ਕਸਾਈ ਕਿਉਂ ਕਹਿੰਦੇ ਹੋ ਫਿਰ? ਉਹ ਵੀ ਤਾਂ ਜੀ ਵੱਧਦਾ ਅੱਛਾ ਉਹਦੇ ਨਾਲ ਤਾਂ ਫਰਕ ਕਾਹਦੇ ਕਰਦੇ ਹੋ? ਆਪਣਾ ਕਹਿ ਰਹੇ ਕਸਾਈ ਕਿਉਂ ਕਹਿੰਦੇ ਹੋ ਫਿਰ? ਕਸਾਈ ਕਹਿਣ ਤੋਂ ਰੋਕਿਆ, ਬਾਕੀ ਠੀਕ ਹੈ ਸਭ ਕੁਛ। ਓਕੇ ਠੀਕ ਹੈ, ਆਪਾਂ ਪੁੱਠੇ ਹੀ ਪੜੀ ਜਾਂਦੇ ਹਾਂ। ਪੁੱਠਾ ਹੀ ਪੜੇ ਨਾ ਤੂੰ ਸਿੱਧਾ ਗੱਲ ਕਰ ਲੈਣਾ। ਕਸਾਈ ਇਟ ਮੀਨਸ ਇਹਨਾਂ ਨੇ ਇਹ ਗੱਲ ਕਹੀ ਹੈ ਕਸਾਈ ਕੁਛ ਨਹੀਂ ਹੁੰਦਾ, ਕਸਾਈ ਕਹਿਣਾ ਨਹੀਂ ਚਾਹੀਦਾ, ਕਿਵੇਂ ਇਹਨੂੰ ਕਹਾਂਗੇ? ਮੈਂ ਕਹਿ ਸਕਦਾ ਕਸਾਈ ਉਹਨੂੰ, ਜਾਂ ਤੁਸੀਂ ਵੀ ਉਹੀ ਕੰਮ ਕਰਦੇ, ਉਹ ਵੀ ਉਹੀ ਕੰਮ ਕਰਦੇ ਨੇ। ਉਹ ਕਸਾਈ ਕਿਉਂ ਹੈ, ਤੁਸੀਂ ਕਸਾਈ ਕਿਉਂ ਨਹੀਂ? ਅੱਛਾ ਸਵਾਲ ਤਾਂ ਇਹ ਹੈ, ਠੀਕ ਹੈ, ਤੁਸੀਂ ਆਪਣੇ ਆਪ ਨੂੰ ਗੁਰੀ ਵਾਰ ਕਹੋ ਦੇ, ਉਹਨਾਂ ਨੂੰ ਕਸਾਈ ਕਹਿ ਦਿਓ, ਕੰਮ ਇੱਕੋ ਕਰਦੇ ਹੋ। ਆਪ ਧਰਮ ਦੀ ਪਦਵੀ ਲੈ ਲਈ, ਉਹਨਾਂ ਨੂੰ ਨੀਚਾ ਬਣਾ ਨੀਚ ਬਣਾਤਾ। ਇੱਥੇ ਸਿਰਫ ਪਦਵੀ ਲੈਣ ਦੇ ਵਿੱਚ ਨੀਚ ਬਣਾਉਣ ਦੀ ਗੱਲ ਹੈ, ਇੱਥੇ ਪਦਵੀ ਤਾਂ ਗੱਲ ਹੀ ਨਹੀਂ ਹੈ, ਜੀਵ ਤਾਂ ਹੱਤਿਆ ਹੁੰਦੀ ਹੋਈ ਨਹੀਂ। ਠੀਕ ਹੈ ਜੀ, ਉਹ ਗੁਰਬਾਣੀ ਚ ਕਿੰਨੀਆਂ ਪੰਕਤੀਆਂ, ਮਰਨ ਹਾਰੇ ਜੀਰਾ ਨਹੀਂ, ਕੌਣ ਮੂਹਰੇ ਕੌਣ। ਮਾਤਾ ਤਾਂ ਤੁਹਾਡੇ ਵਾਸ ਦੀ ਗੱਲ ਹੈ ਹੀ ਨੀ, ਉਹ ਤਾਂ ਉਹਦੇ ਹੁਕਮ ਨਾਲ ਹੋਇਆ। ਸਵਾਲ ਇਹ ਹੈ ਵੀ ਉਹਨੂੰ ਕਸਾਈ ਤੁਸੀਂ ਕਹਿਤਾ, ਆਪ ਗੁਰੀ ਵਰ ਕਹਿਤਾ ਆਪਣੇ ਆਪ ਨੂੰ, ਇਹ ਵਿਤਕਰਾ ਕਿਉਂ ਪੜਿਆ? ਠੀਕ ਹੈ ਠੀਕ ਹੈ ਠੀਕ ਹੈ, ਆਪ ਪੋਜ਼ਿਟਿਵ ਲੈ ਲਈ, ਉਹਨਾਂ ਨੂੰ ਨੈਗੇਟਿਵ ਬਣਾਤਾ। ਕਿਸੇ ਪੁਆਇੰਟ ਤੇ ਡਿਸਕਸ ਪੁਆਇੰਟ ਕਿਹੜਾ ਕੀਤਾ ਹੋਇਆ ਇਹ ਦੇਖਣ ਵਾਲੀ ਗੱਲ ਹੁੰਦੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਤੁਸੀਂ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਦੇਖਣ ਲੱਗ ਜਾਂਦੇ ਹੋ। ਉਹ ਦ੍ਰਿਸ਼ਟੀਕੋਣ ਟੀਕਿਆਂ ਦਿਮਾਗ ਵਿੱਚ ਘੁਸਿਆ ਹੋਇਆ ਨਾ, ਤੇ ਇੱਧਰ ਉੱਧਰ ਜਿੱਥੋਂ ਥੋੜੀ ਬਹੁਤੀ ਕਿਧਰੋਂ ਗੱਲ ਸੁਣ ਲਈ ਦੀ ਹੈ, ਮੋਸਟਲੀ ਇਹੀ ਗੱਲ ਬਾਹਰ ਨਿਕਲੀ ਹੋਈ ਹੈ ਕਿ ਇਹ ਜੀ ਬਦੋ ਵੀ ਬਲੀਆਂ ਦੇ ਖਿਲਾਫ ਹੀ ਮੈਂ ਕਹਿ ਦਿੰਦੇ ਹਾਂ। ਪੱਠੇ ਵੱਢਣੇ ਵੀ ਮਾੜੀ ਗੱਲ ਆ। ਹਾਂਜੀ ਹਾਂ, ਪੱਠੇ ਵੱਢਣੇ ਉਹ ਤਾਂ ਹੈ ਹੀ ਹੈ, ਫਿਰ ਅਸੀਂ ਨਾ ਕੋਈ ਪਲਾਂਟਸ ਪੌਦੇ ਵੀ ਨਹੀਂ ਵੱਢ ਸਕਾਂਗੇ, ਉਹ ਵੀ ਜੀਵ ਵਰਤਣ ਹੋ ਗਿਆ, ਫਿਰ ਤਾਂ ਲੰਗਰ ਜੀ ਵਰਤਾਈ ਜਾਂਦੇ ਨੇ। ਇੱਕ ਇਹਦੇ ਅੰਦਰ ਹੋਰ ਚੀਜ਼ ਦੱਸੋ, ਜਿਹੜਾ ਝਟਕਾ ਹੁੰਦਾ ਇਹਦੇ ਅੰਦਰ, ਜਿਵੇਂ ਤਲਵਾਰਾਂ ਨੂੰ ਇਹ ਖੂਨ ਲਗਾਉਣਾ, ਇਹਦੇ ਪਿੱਛੇ ਕੋਈ ਲੌਜਿਕ ਹੈਗਾ ਇਹਨਾਂ ਦਾ? ਉਹਦੀ ਲੌਜੀਕਲ ਹੈ। ਅੱਛਾ ਇਹਨਾਂ ਨੇ ਜਦ ਤਲਵਾਰ ਬਿਆਨ ਤੇ ਬਾਹਰ ਆਉਂਦੀ ਹੈ ਖੂਨ ਮੰਗਦੀ ਹੈ। ਅੱਛਾ ਅਸਲ ਦੇ ਵਿੱਚ ਗਿਆਨ ਕੱਢ ਕੇ ਜਦ ਬਾਹਰ ਆਉਂਦੀ ਹੈ ਨਾ ਬਿਆਨ ਤੋਂ, ਖੂਨ ਮੰਗਦੀ ਹੈ, ਮੌਤ ਕਰਦੀ ਹੈ ਬਹੁਤ ਸਾਰਿਆਂ ਦੀ। ਕਿਉਂ ਤੇ ਮਰਦੇ ਨੇ? ਬਾਹਰ ਮੁਖੀ ਹੋ ਗਈ ਗੱਲ। ਆਹ ਗੱਲ
ਪਰ ਇਹ ਝਟਕਾ ਜਿਹੜਾ ਕਰਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਚੱਲਿਆ, ਜਿਹੜਾ ਬੰਦਾ ਸਿੰਘ ਬਹਾਦਰ ਦੇ ਉੱਥੇ ਕੀਤਾ ਸੀ? ਉਦੋਂ ਪਹਿਲਾਂ ਦਾ ਹੀ ਚੱਲਿਆ ਹੋਇਆ ਝਟਕਾ ਤਾਂ। ਅੱਛਾ, ਸ਼ੁਰੂ ਤੋਂ ਹੀ ਚੱਲਿਆ ਹੋਇਆ, ਹੈਗਾ ਹੀ ਹੈ, ਕਰਦੇ ਹੀ ਰਹੇ ਨੇ, ਠਾਕੁਰਾਂ ਦੇ ਵੇਲੇ ਵੀ ਕਰਦੇ ਰਹੇ ਨੇ, ਪਹਿਲਾਂ ਮੂਰਤੀਆਂ ਦੇ ਚੜ੍ਹਦੇ ਨੇ ਵੱਖਰੇ ਉੱਥੇ ਵੀ ਕਰਦੇ ਹੀ ਰਹੇ ਨੇ, ਉਹ ਅੱਜ ਦਾ ਚੱਲਿਆ ਹੋਇਆ ਝਟਕਾ। ਨਹੀਂ ਨਹੀਂ, ਗੁਰੂ ਘਰ ਵਿੱਚ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ ਹੈ? ਗੁਰੂ ਗੋਬਿੰਦ ਸਿੰਘ ਨੇ ਹਟਾਇਆ ਨੀ ਹੈ, ਪਿਛਲਾ ਹੀ ਚੱਲਦਾ ਹੁੰਦਾ, ਗੁਰੂ ਨਾਨਕ ਵੇਲੇ ਦਾ ਹੀ ਚੱਲਦਾ ਹੁੰਦਾ। ਠੀਕ ਹੈ ਠੀਕ ਹੈ ਠੀਕ ਹੈ, ਚੱਲਦਾ ਹੁੰਦਾ, ਹਟਾਇਆ ਹੀ ਨੀ ਕਿਸੇ ਨੇ, ਟਿੱਪਣੀਆਂ ਨੀ ਕੀਤੀ, ਖਿਲਾਫ਼ ਹੋਇਆ ਨੀ, ਗੱਲ ਸੱਚ ਹੋਈ। ਹਾਂ ਬਿਲਕੁਲ ਬਿਲਕੁਲ ਠੀਕ ਗੱਲ। ਸਾਨੂੰ ਤੁਸੀਂ ਕਹਿਣਾ ਵੀ ਗਾਜਰ ਮੂਲੀ ਵੀ ਕੱਟਣੀ ਖਿਲਾਫ਼ ਹੈ ਫਿਰ। ਗਾਜਰ ਮੂਲੀ ਤੇ ਵੀ ਇੱਕ ਗੱਲ ਹੁੰਦੀ ਹੈ ਨਾ ਆਪਣਾ ਕਈ ਬੰਦਿਆਂ ਨਾਲ, ਉਹ ਗਾਜਰ ਮੂਲੀ ਨੂੰ ਉਸ ਕੈਟਾਗਰੀ ਚ ਗਿਣਦੇ ਹੀ ਹੈ ਨੀ। ਨਾ ਗਿਣਨ ਫਿਰ ਉਹ ਫਿਰ ਜਾਣ ਕੇ ਨੀ ਗਿਣਨ ਤੇ ਫਿਰ ਉਹਨਾਂ ਦੀ ਵੱਡੀ ਪੁਲਿਸ ਹੁੰਦੀ ਹੈ। ਇਹਨੂੰ ਮਤਲਬ ਇਹ ਹੈ ਵੈਸ਼ਨੂੰ ਭਗਤੀ ਜਿਹੜੀ ਨਾ, ਵੈਸ਼ਨੂੰ ਭਗਤੀ ਵਾਲਿਆਂ ਦਾ ਹੀ ਪ੍ਰਚਾਰ ਹੈ, ਹੋਰ ਕਿਸੇ ਮਤ ਦਾ ਪ੍ਰਚਾਰ ਹੈ ਜੀ। ਹਾਂ ਠੀਕ ਹੈ, ਵੈਸ਼ਨੂੰ ਮਤ ਅਸਲ ਚ ਕੋਈ ਮਤ ਹੈ ਜੀ, ਵੈਸ਼ਨੂੰ ਮਤ ਇਹ ਜੀ ਮਤ ਹੈ ਜਿਵੇਂ ਰਾਧਾ ਸਵਾਮੀ ਦੇ। ਅੱਛਾ, ਐਵੇਂ ਆਵਾਜ਼ ਬਣੀ ਹੋਈ ਮਤ ਹੈ, ਵੈਸ਼ਨੂੰ ਆਪਣਾ ਗ੍ਰੰਥ ਹੈ ਜੀ, ਆਪਣਾ ਪੰਥ ਕੁਛ ਨੀ। ਠੀਕ 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 ਮੋਸਟਲੀ ਹਾਂ ਜੇ ਖਾਧਾ ਜਾ ਸਕਦਾ ਖਾਓ ਫਿਰ ਸਾਨੂੰ। ਠੀਕ ਠੀਕ ਪਾਬੰਦੀ ਲਾਈ ਹੋਈ ਹੈ ਗੁਰਬਾਣੀ ਦੇ। ਠੀਕ 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 ਠੀਕ, ਪਾਬੰਦੀ ਤਾਂ ਲਾਈ ਨੀ ਹੋਈ। ਹਾਂ, ਪਰ ਇਹ ਨਾ ਇਹਦੇ ਪਾਬੰਦੀ ਇਵੇਂ ਲੇਕਿਨ ਖਾਂਦੇ ਰਹੇ ਨੇ। ਹਾਂ, ਇਨਸਾਨ ਇਨਸਾਨਾਂ ਦੀ ਬਲੀ ਨਾਲ ਬਲੀ ਦਿੰਦੇ ਰਹੇ ਨੇ, ਗੋਲ ਬ੍ਰਾਹਮਣ ਇਹ ਕੰਮ ਕਰਦੇ ਰਹੇ ਨੇ। ਅੱਛਾ, ਜਿਹੜਾ ਬ੍ਰਾਹਮਣ ਨੂੰ ਜੋਗਰ ਤਲਕੇ ਖਾਂਦੇ ਸੀ ਇਹਦੇ ਖਿਲਾਫ਼ ਤੇ ਬ੍ਰਾਹਮਣ ਤੇ। ਪਾਰਸ ਵੀ ਮੇਰੇ ਖਿਆਲ ਤੋਂ ਉਹਨੇ ਵੀ ਰਾਜਿਆਂ ਦੀ ਕਿੰਨਿਆਂ ਦੀ ਬਲੀਆਂ ਬੁਲੀਆਂ ਦਿੱਤੀ ਸੀ। ਚੱਲ ਹੋਰ, ਉਹ ਰਾਜੇ ਤਾਂ ਛੱਤਰੀ ਤੇ ਬਾਬਲ ਨਹੀਂ ਸੀ, ਇਹ ਕੇਵਲ ਬਾਬਲ ਦੇ ਖਿਲਾਫ਼ ਸੀ, ਚਾਰ ਕਰਦਾ ਸੀ ਸਿਮਰਤੀ ਸ਼ਾਸਤਰ ਦਾ, ਉਹਦੇ ਖਿਲਾਫ਼ ਸੀ, ਇਹ ਵੇਦਾ ਗਿਆ ਤਾਂ ਸੀ, ਇਹ ਉਹਦੇ ਨਾਲ ਸੀ ਖੜਾ ਰਾਵਣ ਨਾਲ। ਕਿਹਦੀ ਗੱਲ ਕਰ ਰਹੇ ਸੀ? ਕੌਡਾ ਰਾਕਸ਼ ਸੀ, ਜਿਹਨੂੰ ਕੌਡਾ ਰਾਕਸ਼ ਕਹਿੰਦੇ ਨੇ। ਅੱਛਾ, ਕੌਡਾ ਰਾਕਸ਼। ਅੱਛਾ, ਜਾਂ ਗੁਰੂ ਨਾਨਕ ਨਾਲ ਗੱਲ ਕੀਤੀ, ਉਹ ਕਹਿੰਦਾ ਵੀ ਤੇਰੇ ਸਾਡੇ ਦਾ ਵਿਚਾਰ ਇੱਕ ਦੇ, ਮੈਂ ਬਾਬਲ ਦੇ ਖਿਲਾਫ਼ ਤੂੰ ਵੀ ਖਿਲਾਫ਼, ਤਾਂ ਨਹੀਂ ਸੀ ਕੁਛ ਕਿਹਾ। ਮੈਂ ਵੇਦਾਂ ਦਾ ਕਿਹਾ ਤਾ ਸੀ ਕੋਟਾ ਰਕਸ਼ੀ ਜਿਹੜਾ। ਹਾਂ ਓਕੇ।